ਕਹਿੰਦਾ ਸੀ ਕਿ ਮੱਖਣੀ ਅੱਡ ਪਾਊਂਗਾ। ਮੈਂ ਚੰਗਾ ਭਲਾ ਕਿਹਾ ਸੀ। ਉਹ ਮੱਖਣੀ ਤਾਂ ਮੁੱਕ ਗਈ ਦੀ। ਮਸਾਂ ਸੌ ਬਾਰ ਆਇਆ ਕੰਜਰ ਦਾ। ਐਂ ਇਤਵਾਰ ਜਾ ਨਾ, ਮੈਂ ਕਹਿੰਦਾ ਜੇ ਵਿਚਾਲੋਂ ਪਰੀ ਹਟਾ ਦਾ ਨਾ ਬਈ, ਐਂ ਇਤਵਾਰ ਜਾ ਹਟੇ ਗਿਆ। ਦਿਨ ਰਾਤ ਸਾਰਾ ਸਕੂਲ ਜੀ ਜਾ ਕੇ ਜੀ ਲੱਗਦਾ ਵੇ। ਮੈਨੂੰ ਪਤਾ ਸੀ ਤੁਸੀਂ ਇੰਗਲਿਸ਼ ਵਾਲੀ ਮੈਡਮ ਨਾਲ ਕੀ ਲੁੱਚ ਬਣੇ ਰੱਖਦੇ ਸੀ। ਕੰਜਰ ਦਾ ਤੈਨੂੰ ਕਿਹਨੇ ਦੱਸਿਆ ਵੇ? ਮੈਨੂੰ ਐਂ ਪਤਾ ਲੱਗ ਗਿਆ ਸੀ। ਦੇਖ ਲੈ, ਫੇਰ ਮੇਰੇ ਨਾਲ ਬੁੜ ਬੁੜ ਕਰਦਾ ਸੌਂ ਗਿਆ। ਨਾਲੇ ਮੈਂ ਚੰਗਾ ਭੜਾ ਕਿਹਾ, ਚਾਹ ਕਰਦੇ ਮੈਨੂੰ ਘੁੱਟ, ਮੈਂ ਜਾਣਾ। ਫੇਰ ਕਹੂਗਾ ਮੈਨੂੰ ਸਵੇਰ ਸਵੇਰ ਵੀ ਪਰੇਡ ਕਰਦੀ ਹੈ ਮੇਰੀ। ਖਰਚਾ ਨਾ ਮੇਰੀ ਗੱਲ ਸੁਣਾ, ਖੜਾ ਹੋ, ਖੜਾ ਹੋ, ਖੜਾ ਹੋ, ਖੜਾ ਹੋ। ਨਾ ਕਿਹਾ ਸੀ ਤੈਨੂੰ? ਕਿਹਾ ਸੀ ਨਾ ਵੀ ਮੈਨੂੰ ਚਾਹ ਦੀ ਘੁੱਟ ਗਾਲ ਤੇ ਕਰਦੇ, ਕੌਣ ਕਰਕੇ ਦੇਊਗਾ? ਕੋਈ ਨਹੀਂ, ਮੈਂ ਕਰਕੇ ਦੇਊਂਗਾ, ਮੈਂ ਕਰਦਾ ਨਾ। ਨੀਂਦ ਆ ਗਈ ਸੀ ਮੈਨੂੰ। ਤੈਨੂੰ ਤਾਂ ਨੀਂਦ ਆਉਂਦੀ ਰਹਿੰਦੀ ਹੈ ਵਿੜਲੜ ਨੂੰ ਸਾਰਾ ਦਿਨ। ਤੇਰੇ ਵਾਂਗੂ ਨਾ ਵਿਹਲੀ ਨਹੀਂ ਹੈਗੀ ਮੈਂ, ਜਾ ਕੇ ਚਾਹ ਦੀ ਘੁੱਟ ਕਰਦੇ, ਮਰ ਜਾਣਾ ਨਾ ਹੋਵੇ ਤਾਂ। ਕੋਈ ਨਾ ਕੋਈ ਨਾ, ਕੋਰ ਨੇ ਤੜਕੀ ਕਾਨੂੰ ਗਾਲਾਂ ਲੱਗੀ ਕੱਢਣ ਕਰਦਾ ਨਾ ਮੈਂ। ਮੁੜ ਕੇ ਨਾ ਤੇਰਾ ਪਿਓ ਬੈਠਾ ਹਾ ਮੇਰੇ ਕਾਲਜੇ ਤੇ ਚੜ ਜੂਗਾ ਵੀ ਚਾਹ ਨਹੀਂ ਕੀਤੀ, ਚਾਹ ਨਹੀਂ ਕੀਤੀ। ਜਾ ਕੇ ਖੜਾ ਹੋ ਜਾ, ਇੱਕ ਮਿੰਟ ਤੋਂ ਪਹਿਲਾਂ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ। ਲਿਆ ਦੇਣਾ ਪਹਿਲਾਂ ਤਾਂ ਕਿਤੇ ਮੈਨੂੰ ਚਾਹ ਲਿਆ ਕੇ ਦੇਣੀ ਪੈਂਦੀ, ਹੁਣ ਮੈਨੂੰ ਹੀ ਦੇਣੀ ਪਊਗੀ। ਤੂੰ ਭੱਗ ਜਾ। ਓ ਜੱਗੇ। ਓਏ ਹਾਂ ਬਾਪੇ। ਕੀ ਕਰਦਾ? ਉਹ ਕਰਨਾ ਕੀ ਦੀ ਆਪਦੀ ਮਾੜੀ ਕਿਸਮਤ ਨੂੰ ਪਿੱਟਦਾ। ਕੀ ਕਹਿਣਾ? ਓਏ ਐਂ ਕਹਿਣਾ ਮੈਂ ਮੈਡਮ ਵਾਸਤੇ ਚਾਹ ਕਰਦਾ ਦੀ, ਉਹ ਲੇਟ ਹੋਈ ਜਾਂਦੀ ਆ। ਕਰ ਲੈ ਕਰ ਲੈ। ਹੋਰ ਉਹੀ ਰੁੱਕਾ ਮਾਰਤਾ। ਇਹ ਕਿਹੜਾ ਮੇਰਾ ਸਾਲਕਣਾ ਚੱਲਦਾ ਗਾ। ਹਾਏ ਰੱਬਾ, ਅੱਜ ਦਾ ਬਚ ਗਿਆ ਜੱਗੇ। ਓਏ ਨੀ ਮੇਰੇ ਸਾਲਕਣੇ ਦੀ ਨੇ ਤੜਕੀ ਨੇ ਕੁੱਟ ਕਟਾਪਾ ਕਰਤਾ, ਤੜਕੀ ਨਰਨੇ ਕਾਲ ਜੀ ਸਮਾਰ ਦਿੰਦੀ ਆ। ਮੈਂ ਤਾਂ ਮਰਨੇ 'ਚ ਆ ਗਿਆ। ਪਤਾ ਨਹੀਂ ਕਿਹੜਾ ਕਾਲਾ ਟਾਈਮ ਸੀ ਜਦੋਂ ਇਹਦੇ ਨਾਲ ਮੇਰਾ ਵਿਆਹ ਹੋ ਗਿਆ। ਉਹ ਬਾਪੂ ਗੁੰਜਰ ਦਾ ਕਹਿੰਦਾ, ਕਹਿੰਦਾ ਕੁੜੀ 'ਤੇ ਟੀਚਰ ਲੱਗੀ ਹੋਈ ਹੈ ਸਾਰੀ, ਕਹਿੰਦਾ ਜੂਨ ਸੁਧਰ ਜੂ, ਕਹਿੰਦਾ ਅਗਲੀ ਪੀੜ੍ਹੀ ਵੀ ਪੜ੍ਹੀ ਲਿਖੀ ਹੋਊ। ਉਹ ਪੀੜ੍ਹੀ ਦਾ ਤਾਂ ਪਰਾਉਣਿਆਂ ਪੜ੍ਹੀ ਲਿਖੀ ਹੋਊ, ਜੇ ਪੀੜ੍ਹੀ ਵਧਾਉਣ ਜੋਗਰਾ ਛੱਡੂ। ਮੈਨੂੰ ਤਾਂ ਲੱਗਦਾ ਕਿਤੇ ਪਹਿਲੀ ਨਾ ਮਾਰ ਦੇ ਮੇਰੇ ਸਾਲੇ ਦੀ, ਮੈਂ ਤਾਂ ਮਰਨੇ 'ਚ ਆ ਗਿਆ ਜਮੀ। ਉਹ ਜੱਗੇ। ਹਾਂ ਬਾਪੇ। ਕੁੱਟ ਮੇਰੀ ਚਾਹ ਵੀ ਬਣਾ ਲਈ? ਉਹ ਤੈਨੂੰ ਕੀ ਬਾਪੇ, ਕੱਟਾ ਚੁੰਗ ਗਿਆ ਮੇਰਾ ਰਾ, ਉਹਦੀ ਤੈਨੂੰ ਭੁੱਖ ਲੱਗ ਜਾਂਦੀ ਆ, ਬਾਅਦ 'ਚ ਬਣਾ ਦੂੰ, ਪਹਿਲਾਂ ਉਹਦੀ ਬਣਾ ਦਾ ਬਣਾਉਂਦੀ। ਹੋ ਮੇਰਾ ਕੋੜੀ। ਉਹ ਖੜ ਜਾ ਕਰ ਪਾਪੇ, ਕੀ ਤੇਰੇ ਪਟਮੇਲੀ ਪੈਂਦੀ, ਉਹਦੀ ਭੁੱਖ ਲੱਗ ਜਾਂਦੀ ਤੈਨੂੰ। ਉਹ ਪਹਿਲਾਂ ਉਹਦਾ ਮੱਥਾ ਡੰਮਨਾ, ਤੈਨੂੰ ਫੇਰ ਚੁਲਸਾ ਦੂੰ ਆਪਾਂ ਤਾਂ ਘਰੀਆਂ, ਤੈਂ ਗਾਂ ਟ੍ਰੇਨ ਚੜ੍ਹਨਾ। ਪਿਆਦੇ ਪਿਆਦੇ ਮੈਡਮ ਨੂੰ ਪਿਆਦੇ ਚਾਹ ਤੂੰ। ਆਏ ਹਾਏ, ਅੱਗ ਲੱਗਣੀ ਇਹ ਕਿਹੜਾ ਬੰਦ। ਮੈਡਮ ਜੀ ਚਾਹ ਹੀ। ਬੇ ਚਾਹ ਤਾਂ ਪੀਣੀ, ਚਾਹ ਇੱਥੇ ਰੱਖ, ਆ ਪਹਿਲਾਂ ਬਾਲੀ ਬੰਦ ਕਰ ਮੇਰੀ। ਨਾ ਇੰਨਾ ਚਿਰ ਲਾ ਤੂੰ ਚਾਹ ਬਣਾਉਣ ਨੂੰ, ਮਰ ਜਾਣਾ। ਹੁਣ ਦੱਸੋ ਮੈਂ ਕੀ ਉਹਨੂੰ ਫੜ ਕੇ ਬਣਾ ਧੱਕੇ ਨਾਲ, ਹੈ ਜੇ ਕੀ ਨੇ ਗੈਸ ਜਿੰਨੇ ਚਿਰ ਚ ਕਰੂਗਾ ਫੇਰ ਬਣੂ। ਬਾਲੀ ਬੰਦ ਹੋ ਗਈ ਕਿ ਨਾ ਤੇਰੇ ਤੋਂ, ਤੇਥੋਂ ਇੱਕ ਕੰਮ ਵੀ ਨਹੀਂ ਚੱਜਣਾ ਹੁੰਦਾ, ਇੱਧਰਲੇ ਕੰਨ 'ਚ ਵੀ ਪਾ ਦੇ ਮੇਰੇ ਬਾਲੀ, ਚਾਹ ਡੋਲ ਦੇਗਾ ਨਾਲੇ ਪੀ ਕੇ ਦੇਖਦੀ ਹੈ ਕਿਹੋ ਜਿਹੀ ਬਣੀ, ਚੱਜ ਦੀ ਬਣਾਈ ਹੈ ਕਿ ਨਾ। ਮੈਂ ਤਾਂ ਜੀ ਆਪ ਦੇਖਣੀ ਪੂਰਾ 100% ਦਿੱਤਾ, ਹੁਣ ਅੱਗੇ ਦੇਖੋ। ਢਹਿ ਜਾਣੇ ਨੇ ਕੰਨ ਪੱਟਣ ਵਾਲਾ ਕਰਤਾ, ਮੇਰੇ ਤਾਂ ਉਹੀ ਹੱਥ ਕੰਮੀ ਜਾਂਦੇ ਨੇ ਜਦੋਂ ਮਰਨੇ ਆ, ਜਦੋਂ ਟਾਈਮ ਨਾਲ ਜੇ ਉੱਠੇ ਹੈ ਤੇਰੇ ਕਾਹਨੂੰ ਗਾਲਾਂ ਪੈਣ। ਮੈਨੂੰ ਰੋਜ਼ ਐਂ ਹੁੰਦਾ ਵੀ ਚੱਲ ਮੈਂ ਅੱਜ ਕੁਛ ਕਹਿੰਦੀ ਨਹੀਂ, ਤੇ ਰੋਜ਼ ਗਾਲਾਂ ਖਾ ਕੇ, ਰੋਜ਼ ਗਾਲਾਂ ਖਾ ਕੇ ਘਰੇ ਰਹਿੰਦਾ ਤੂੰ। ਕੋਈ ਨਹੀਂ, ਕੱਲ ਨੂੰ ਮੈਂ ਟਾਈਮ ਨਾਲ ਉੱਠਿਆ ਕਰੂੰਗਾ। ਰਾਤ ਨੂੰ ਨਾ ਪੈਂਦਾ ਕਰਦਾ ਕੰਮ, ਤੇ ਤੁਸੀਂ ਜ਼ਿਆਦਾ ਹੁੰਦੇ ਨੇ ਨਿਬੇੜਦੇ ਕਰਦੇ, ਲੇਟ ਹੋ ਜਾ। ਵਧੀਆ ਬਣੀਆਂ ਠੀਕ ਹੈ, ਸੋ ਸੋ ਆ, ਨਾਲੇ ਮੇਰੀ ਗੱਲ ਸੁਣ ਲਾ, ਰੋਟੀ ਪਕਾ ਕੇ ਮੇਰੀ ਪੈਕ ਕਰ ਦੇ,
ਹੁਣ ਮੈਂ ਲੇਟ ਹੋ ਗਈ, ਉੱਥੇ ਖਾ ਲੂੰਗੀ ਆਪੇ। ਮੈਂ ਠੀਕ ਹੈ ਜੀ। ਪਰੌਂਠੇ ਲਾ ਦਾ, ਪਰੌਂਠੇ ਬਈ ਗਾਲ ਦੇ ਜਿਹੜਾ ਕੁਛ ਗੱਲ ਹੈ, ਨਾਲ ਮੱਖਣੀ ਪਾ ਦੂੰਗਾ, ਤੁਸੀਂ ਉੱਥੇ ਜਾ ਕੇ ਖਾ ਲਿਓ, ਨਾਲੇ ਕਹਿ ਦਿਓ ਮੈਡਮ ਨੂੰ ਦੂਜੇ ਨੂੰ ਵੀ ਮੇਰੇ ਘਰ ਵਾਲੇ ਨੂੰ ਡੱਬੀ ਚ ਗਾਲ ਦੀ, ਉਹਦੇ ਵਾਂਗੂ ਕਿਤੇ ਵੇਚਣਾ ਧਰਤੀ, ਸਾਰੇ ਪਰੌਂਠੇ ਖੱਟੇ ਹੋ ਗਏ ਸੀ, ਮਰ ਜਾਣਾ। ਕੋਈ ਨਹੀਂ, ਮੈਂ ਨਵੀਂ ਡੱਬੀ ਲਿਆਈ ਦੀ, ਉਹ ਚ ਪਾ ਦੂੰਗਾ। ਤੁਰੀ ਜਾਂਦੀ ਨੂੰ ਚਾਹ ਪੀਣੀ ਪਊਗੀ, ਡੱਫਣੀ ਪਊਗੀ, ਢਹਿ ਜਾਣੇ ਨੂੰ ਐਂ ਨਹੀਂ ਹੁੰਦਾ ਵੀ ਮੈਂ ਟਾਈਮ ਨਾਲ ਸਾਰੇ ਕੰਮ ਕਰਦਿਆਂ। ਫੇ ਮੇਰਾ ਡੰਡਾ ਕਿੱਥੇ ਰੱਖਤਾ? ਬੇ ਆ ਜਾ, ਮਰ ਜਾ। ਲਓ ਜੀ ਮਾੜੀ ਜੀ, ਮੈਂ ਨਾਲੇ ਐਂ ਪੁੱਛਦੀ ਹਾਂ ਮੇਰਾ ਡੰਡਾ ਕਿੱਥੇ ਹੈ? ਡੰਡਾ ਮੈਂ ਲਿਆ ਕੇ ਦਿੰਦਾ ਜੀ, ਤੁਸੀਂ ਆ ਫੜੋ। ਕਹਿੰਦਾ ਸੀ ਆ ਕਿ ਮੱਖਣੀ ਅੱਡ ਪਾਊਂਗਾ, ਮੈਂ ਚੰਗਾ ਭਲਾ ਕਿਹਾ ਸੀ। ਉਹ ਮੱਖਣੀ ਤਾਂ ਮੁੱਕ ਗਈ ਦੀ, ਦੇਖ ਕੇ ਮਾਰਿਆ ਕਰੋ, ਸਾਰਾ ਦਿਨ ਕੁੱਟ ਕਟਾਪਾ ਚੰਗਾ ਨੀ ਹੁੰਦਾ, ਘਰੇ ਬੰਦੇ ਨੂੰ ਕੁੱਟੀ ਜਾਂਦੇ, ਉੱਥੇ ਜਵਾਕਾਂ ਨੂੰ ਕੁੱਟੀ ਜਾਂਦੇ, ਪਾਪ ਲੱਗੂਗਾ ਹੋ ਜਾਂਦਾ ਜੇ ਤੇਰੀ ਤੇਰੇ ਹੱਥ ਚ ਫੜਾਈ ਆ ਨਾ। ਰੇਸ ਰੱਖੋ ਰੇਸ, ਮੈਨੂੰ ਛੱਡੋ, ਮੈਨੂੰ ਛੱਡ ਦੋ। ਆ ਦੇਖੋ, ਉਹ ਦੇਖੋ ਪਹਿਲੇ ਝੂਟੇ ਸਟਾਰਟ ਹੁੰਦੀ, ਇਹ ਹੋਊਗੀ ਹੋਊਗੀ ਹੋਊਗੀ, ਮੈਂ ਕਹਿੰਦਾ ਰੇਸ ਦੇ ਚਲੋ ਚਲੋ ਚਲੋ। ਵਗ ਜਾ ਵਗ ਜਾ, ਕਾਲੇ ਮੂੰਹ ਵਾਲੀ ਦੀ ਰਾਂਦ ਕੱਢੀ, ਹੁਣ ਆਊਗਾ ਸੁਖ ਦਾ ਸਾਂ। ਓਏ ਆ ਜਾ ਹੁਣ, ਉਹ ਤਾਂ ਨਾਂਗੀ ਤੇਰੀ ਮਾਂ ਤੇਰੀ, ਆ ਜਾ ਮੁੜੇ ਨਾ। ਹਾਂ ਬਾਪੂ। ਓਏ ਓਏ, ਹੁਣ ਤਾਂ ਫੂਕ ਦੇ ਚਾਹ ਦੀ ਘੁੱਟਾ, ਉਹ ਸੌ ਕੰਮ ਕਰਨ ਵਾਲੇ ਪਏ ਨੇ, ਤੇਰੇ ਇੱਕ ਗੱਲ ਦੀ ਹੀਲ ਪਾਲੀ, ਚਾਹ ਦੇ ਦੇ ਚਾਹ ਦੇ ਦੇ। ਉਹ ਫਿਰ ਮੈਂ ਹੋਰ ਕਿਹਨੂੰ ਕਹੂੰਗਾ ਚਾਹ ਦੇ ਦੇ, ਮੈਡਮ ਜੀ ਤਾਂ ਹੁਣ ਬਾਗੇ, ਹੁਣ ਤਾਂ ਉਹਨੇ ਤੂੰ ਹੀ ਆ। ਓਏ ਉਹ ਤਾਂ ਘੱਟ ਗਈ ਰਾਂਦਾ, ਘਰ ਦੇ ਕੰਮ ਧੰਦੇ ਵੀ ਕਰਨੇ ਨੇ, ਕੀ ਤਾਂ ਗੇੜਾ ਮਾਰ ਲਿਆ, ਕੀ ਤਾਂ ਉਹਦੀ ਕਹਦੇ ਸਾਰੇ ਕੰਮ ਉਰੀ ਪਏ ਨੇ, ਕਿਉਂਕਿ ਕਰਿਆ ਕੀ ਹੈ ਤੈਂ। ਤੇਰਾ ਬਾਈ ਜੇ, ਤੇਰਾ ਬੇੜਾ ਮੇਰਾ ਸਾਲਿਆ, ਸਾਰੇ ਕੰਮ ਤੂੰ ਹੀ ਕਰੀ। ਆਹ ਦੇਖ ਲੈ, ਤੇਰੀ ਮਾਂ ਤੀ ਟੱਕਲੇ ਵਾਂਗੂ ਸਿੱਧੀ ਕਰਕੇ ਰੱਖਦਾ ਤੂੰ, ਕਦੇ ਨੀ ਮੈਨੂੰ ਕਿਹਾ ਦੀ ਵੀ ਆਹ ਕਰੋ ਜੀ ਆਹ ਕਰੋ ਜੀ, ਮਰਜ਼ੀ ਨਾਲ ਤੀ। ਉਹ ਕਿਉਂ ਭਾਪੇ, ਮੇਰਾ ਮੂੰਹ ਖਿਲਾਣਾ ਹੈ? ਓਏ ਹੁਣ ਤੂੰ ਭਾਈ ਨੇ ਛੱਡੀ ਹੈ ਨਾ, ਉਹ 20 ਵਾਰ ਤਾਂ ਮੇਰੀ ਮਾਂ ਤੋਂ ਮੈਂ ਤੈਨੂੰ ਛੁਡਵਾਇਆ ਕੁੱਟਦੇ ਨੂੰ, ਤੇਰਾ ਉਹਦੇ ਜਬੜੀ ਜਬੜਾ ਕੁੱਟਿਆ ਜੀ ਘਰੇ ਨਾਲੇ। ਆਏ ਨੀ ਹੁੰਦਾ, ਮੈਂ ਕਦੇ ਕਦੇ ਤਾਂ ਮੀਆਂ ਬੀਬੀ ਚੋਲਾ, ਤੁਹਾਡਾ ਤਾਂ ਮੇਰਾ ਸਾਰਾ ਰੋਜ਼ ਹੀ ਕੁੱਤਕਲੇ ਸਰ ਰੋਜ਼ ਹੀ ਰੋਜ਼ ਹੀ ਕੁੱਤਕਲੇ ਚੱਲਦਾ। ਟਾਈਮ ਟਾਈਮ ਦੀ ਗੱਲ ਹੈ, ਦੇਖ ਤੁਹਾਡਾ ਕਦੇ ਕਦੇ ਹੋ ਜਾਂਦੀ, ਸਾਡਾ ਰੋਜ਼ ਹੋ ਜਾਂਦਾ, ਇੰਨਾ ਕੀ ਫਰਕ ਆ। ਚੰਗਾ ਲੈ ਚਾਹ ਲਿਆ ਕੇ ਦੇ ਦੇ ਮੈਨੂੰ। ਕੋਈ ਨਾ, ਮੈਂ ਇੱਕ ਦੋ ਜ਼ਰੂਰੀ ਕੰਮ ਜੇ ਨਿਬੇੜਦਾ, ਫਿਰ ਭਾਪੇ ਕਰਕੇ ਦਿੰਦਾ ਤੈਨੂੰ ਚਾਹ, ਨਾਲੇ ਪੱਤੀਏ ਬਣ ਦੁੱਧ ਦੇ ਬਥੇਰਾ। ਕਿਹੜੇ ਕੰਮ ਰਹਿਗੇ ਤੇਰੇ? ਲੈ ਕੰਮ ਬਥੇਰੇ ਪਏ ਨੇ, ਭਾਂਡੇ ਮਾਂਜਣ ਵਾਲੇ ਪਏ ਨੇ, ਹੈ ਡੰਗਰਾਂ ਦਾ ਗੋਹਾ ਹਟਾਉਣ ਵਾਲਾ ਪੈਗਾ, ਸੌ ਕਰਨ ਵਾਲਾ ਪਿਆ, ਤੈਨੂੰ ਪਤਾ ਤਾਂ ਹੈਗਾ ਬਾਪੇ, ਕਰਨਾ ਤਾਂ ਸਾਰਾ ਮੈਨੂੰ ਹੀ ਪਊਗਾ, ਤੂੰ ਤਾਂ ਜਮੀ ਵਿਹਲਾ, ਤੈਨੂੰ ਤਾਂ ਡੱਕਾ ਤੋੜਨਾ ਨਹੀਂ, ਜਾ ਮੇਰੇ ਨਾਲ ਭਾਂਡੀ ਮਜਵਾ ਦੇ ਚਾਰ ਆ ਜਾ। ਹੁਣ ਮੈਂ ਕੰਮ ਕਰਨ ਜੋਗੀ ਰਹਾਂ, ਬਥੇਰੇ ਕਰ ਲਏ ਕੰਮ, ਮੈਂ ਹੁਣ ਨੇ ਹੱਥ ਲਾਉਂਦਾ ਮੈਂ ਕੰਮ ਨੂੰ। ਉਹ ਜੇ ਭਾਪੇ ਕਰਨ ਜੋਗਰਾ ਹੁੰਦਾ ਨਾ, ਸੀਸ ਮਹਿਲ ਚ ਨਾ ਜਾਂਦਾ ਉਰੇ, ਤਾਂ ਜਿਹੜਾ ਕੁਛ ਹੈਗਾ ਹੀ, ਤਾਂ ਬਸ ਮੇਰੇ ਕਾਹ ਨੂੰ ਮੂੰਹ ਖਿਲਾਣਾ ਬਾਪੇ, ਬੁਰਾ ਲੱਗਦਾ ਬੰਦਾ ਬੋਲਦਾ। ਤੈਨੂੰ ਇੰਨਾ ਕੁਛ ਬਣਾ ਕੇ ਦੇਤਾ, ਠੀਕ ਹੈ, ਤੈਨੂੰ ਗਾਹਾਂ ਇਹ ਦੇਖ, ਕੁੜੀ ਪੜ੍ਹੀ ਲਿਖੀ ਲਿਆ ਸੀ, ਟੀਚਰ ਲਿਆ ਸੀ, ਉਹ ਤਨਖਾਹ ਆਉਂਦੀਆਂ ਕਰੇ, ਮੌਜਾਂ ਕਰ। ਤੇਰਾ ਬੇੜਾ ਬੈਠ ਗਿਆ ਭਾਪੇ, ਓਏ ਮੈਨੂੰ ਤਾਂ ਇਹੋ ਜਿਹੀ ਪੜ੍ਹੀ ਲਿਖੀ ਚਾਹੀਦੀ ਨਹੀਂ ਦੀ, ਮੈਨੂੰ ਤਾਂ ਸੌਣ ਲੱਗਿਆ ਅਨਪੜ੍ਹ ਲਿਆਂਦਾ, ਮੇਰੇ ਸਾਲਕਣੀ ਦੀ ਮੇਰੇ ਜੁੱਤੀ ਥੱਲੇ ਤਾਂ ਰਹਿੰਦੀ, ਇਹ ਤਾਂ ਮੇਰੇ ਗਲਤੇ ਚੜ ਜਾਂਦੀ ਆ। ਕੰਮ ਕਰ ਲੈ, ਕੰਮ ਨਿਬੇੜ ਲੈ, ਜਾ ਨਾਲੇ ਮੈਨੂੰ ਚਾਹ ਲਿਆ ਕੇ ਦੇ। ਹਾਂ ਅੱਜ ਚਾਹ ਲਿਆ ਕੇ ਦੇ। ਚਾਹ ਤਾਂ ਕਰਕੇ ਪੀ ਲੈ, ਜਿਹੋ ਜਿਹਾ ਬੰਝ ਕੱਢਣਾ ਦੀ ਤਾਂ ਗੱਡ ਦਾ, ਕਿੱਥੇ ਆਉਤ ਲਈ ਆ ਮੈਨੂੰ। ਦੇਖ ਮੇਰਾ ਸਾਲਾ ਕਿਵੇਂ ਕਰਦਾ, ਓਏ ਤੀਵੀਂ ਦਾ ਗੁਲਾਮ ਆ ਤੂੰ, ਤੀਵੀਂ ਦਾ ਗੁਲਾਮ ਆ, ਹੈ ਸਾਰੇ ਕੰਮ ਮੇਰਾ ਸਾਲਾ ਆਪ ਕਰੂ, ਐਂ ਨਹੀਂ ਵੀ ਤਿੰਨ ਮਾਰੇ ਗੁਦਲੀ 'ਚ ਚਪੇੜੇ ਵੀ ਆਹ ਵੀ ਕਰ ਆਹ ਵੀ ਕਰ, ਮੇਰਾ ਸਾਲਾ ਸੱਚੀ ਓ ਤੀਵੀਂ ਦਾ ਗੁਲਾਮ ਆ,
ਕਿਹੜਾ ਦਊਗਾ ਇਹ ਮੈਨੂੰ ਚਾਟਾ, ਆਪ ਹੀ ਬਣਾ ਕੇ ਪੀਣੀ ਪੂ। ਮੇਰੇ ਸਾਲੇ ਦੀ ਤੂੰ ਤਾਂ ਤੁਰ ਗਈ, ਬਹਿ ਗਈ ਜਾ ਕੇ ਸਵਰਗਾਂ 'ਚ, ਆ ਮੈਨੂੰ ਬਾੜ ਗਈ ਉਰੇ ਨਰਕਾਂ 'ਚ, ਹੈਂ ਤੇਰਾ ਸਾਲਾ। ਆਪ ਹੀ ਕਰਨੈਲ ਸਿਆ, ਮੰਮੀ ਗੱਲ ਤਾਂ ਸਹੀ ਕਹਿੰਦੀ ਹੁੰਦੀ ਤੀ, ਮੈਨੂੰ ਤਾਂ ਲੱਗਦਾ ਮੈਨੂੰ ਆਪਦੀ ਉਹਨਾਂ ਨਜ਼ਰ ਲੱਗ ਜੇ ਵੀ ਕਾਲਾ ਟਿੱਕਾ ਲਾ ਕੇ ਰੱਖਿਆ ਕਰ। ਇੱਕ ਆ ਮੇਰੇ ਸਾਲੇ ਦਾ ਐਤਵਾਰ, ਇਹ ਮਾਰੂਗਾ, ਇਹ ਵੀ ਸਰਕਾਰ ਨੂੰ ਅਰਜ਼ੀ ਲਿਖਣੀ ਪਊਗੀ ਬਈ ਐਤਵਾਰ ਨੂੰ ਵੀ ਸਕੂਲ ਲੱਗਣੇ ਚਾਹੀਦੇ ਨੇ, ਨਾ ਤਾਂ ਰਾਤ ਨੂੰ ਚੈਨ ਆਵੇ ਨਾ ਦਿਨੇ ਚੈਨ ਆਵੇ। ਚੱਲ ਮਸਾ ਸੋਮਵਾਰ ਆਇਆ ਕੰਜਰ ਦਾ, ਐਤਵਾਰ ਜਾ ਨਾ, ਮੈਂ ਕਹਿੰਦਾ ਜੇ ਵਿਚਾਲੋਂ ਪਰੀ ਹਟਾ ਦਾ ਨਾ ਬਈ ਐਤਵਾਰ ਜਾ, ਹਟੇ ਗਿਆ ਦਿਨ ਰਾਤ ਸਾਰਾ ਸਕੂਲ ਜੀ ਜਾ ਕੇ ਜੀ ਲੱਗਦਾ ਵੇ, ਜਦੋਂ ਮੈਡਮ ਦੇ ਦਰਸ਼ਨ ਹੁੰਦੇ ਨੇ, ਆਏ ਹਾਏ ਕੁਰਸੀ ਲਵੇ ਬਹਿੰਦੀ ਆ ਜੋੜ ਕੇ ਨਾ ਸਵਾਦ ਜਾ ਜਾਂਦਾ। ਆ ਵੀ ਨਾ ਸੁਣ ਲਿਓ ਇੱਧਰ ਕਿਤੇ ਪੂਰੇ ਜੱਪ ਛੱਡ ਜੇ ਨਾ, ਇਹ ਕਰ ਕਰਨਾ ਲਿਸਿਆ, ਸਕੂਲ ਦਾ ਟਾਈਮ ਹੋ ਗਿਆ, ਮਾਰ ਕੇ ਇੱਕ ਮੋਟਰਸਾਈਕਲ ਦੀ ਚੱਲੀਏ ਕਰੀਏ ਮੈਡਮ ਦੇ ਦਰਸ਼ਨ। ਨੀ ਭਗਵਾਨ ਨੇ ਮੈਂ ਜਾਂਦਾ ਸਕੂਲ, ਆ ਜਵਾਕਾਂ ਦਾ ਖਿਆਲ ਰੱਖੀ, ਸਾਰਾ ਦਿਨ ਅੰਦਰ ਪਈ ਰਹਿਣੀ ਆ। ਲੈ ਚੱਲ ਓਏ, ਆਏ ਹਾਏ ਅੱਜ ਆਊ ਨਜ਼ਾਰਾ, ਐਤਵਾਰ ਜਾ ਮਸਾਂ ਗਿਆ ਭੈਣ ਦੇ ਖਸਮਾਂ ਦਾ, ਚੱਲ ਕਿਹੜਾ ਭੱਜ ਲੈ। ਡੈਡੀ ਆਂਦਾ ਹੈ ਚੀਜ਼ੀ ਲਿਆ ਦੀ। ਉਹ ਲਿਆ ਦੂੰਗਾ ਪੁੱਤਾ, ਮਾਰਤਾ ਕੋੜਨ ਨੇ ਬੋਲ ਮਗਰਾ, ਪਤਾ ਨਹੀਂ ਕਿਹੋ ਜਿਹਾ ਦਿਨ ਲੰਘੂ, ਅੰਦਰ ਵਗ ਜਾ ਕੋੜਨਾ। ਦਰਸ਼ਨ ਹੋ ਗਏ ਸਕੂਲ ਚੋਂ ਪਹਿਲੀ ਜਾਣ ਤੋਂ, ਹਾਏ ਝਾਕ ਲੈ ਮਾੜੀ ਮੋਟੀ। ਹਾਏ ਓਹੋ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲੈ ਮੈਨੂੰ ਪਤਾ ਹੀ ਨਹੀਂ ਲੱਗਿਆ ਤੁਸੀਂ ਮੇਰੇ ਮਗਰ ਆਈ ਗਏ ਹੈ। ਲੈ ਜੀ ਤੁਸੀਂ ਕਾਹਨੂੰ ਨਿਗਾਹ ਰੱਖਦੇ ਜੀ ਸਾਡੇ ਜਾ, ਹੋਰ ਠੀਕ ਹੋ ਜੀ? ਵਧੀਆ ਜੀ ਵਧੀਆ, ਸ਼ੁਕਰ ਹੈ ਜੀ ਅੱਜ ਸਕੂਲ ਲੱਗ ਗਿਆ। ਮੈਂ ਤਾਂ ਇਹ ਕਹਿੰਦਾ ਦੀ ਜੀ, ਹਾਂਜੀ ਆਪਾਂ ਸਰਕਾਰ ਨੂੰ ਚਿੱਠੀ ਲਿਖ ਕੇ ਐਤਵਾਰ ਨੂੰ ਵੀ ਸਕੂਲ ਲਾ ਲਿਆ ਕਰੀਏ। ਕਿਉਂ ਜੀ? ਹੋਰ ਘਰੇ ਤਾਂ ਟਾਈਮ ਹੀ ਨਹੀਂ ਲੱਗਦਾ ਜੀ। ਸਰ ਇੱਕ ਦਿਨ ਤਾਂ ਛੁੱਟੀ ਦਾ ਹੁੰਦਾ ਜੀ, ਕਾਹ ਤੋਂ ਤੁਸੀਂ ਸਾਡੀਆਂ ਛੁੱਟੀਆਂ ਵੀ ਖਰਾਬ ਕਰਾਉਂਦੇ ਹੋ, ਹੈ ਮਸਾਂ ਤਾਂ ਰੈਸਟ ਕਰਨ ਨੂੰ ਦਿਨ ਮਿਲਦਾ। ਕਿਹੜੀਆਂ ਛੁੱਟੀਆਂ, ਮੇਰਾ ਤਾਂ ਦਿਨ ਨਹੀਂ ਲੱਗਦਾ ਤੈਨੂੰ ਦੇਖੇ ਬਿਨਾ। ਹੋਰ ਜੀ ਫਿਰ? ਹੋਰ ਤਾਂ ਜੀ ਆ ਮੇਰਾ ਲੌਕ ਜੜ ਜਾਂਦਾ, ਆਪਾਂ ਤਾਂ ਹੀ ਨਹੀਂ ਮੇਰੇ ਘਰ ਵਾਲੇ ਨੇ ਇਹਨੂੰ ਕੀ ਕਰਤਾ, ਦੋ ਦਿਨ ਲੈ ਕੇ ਗਿਆ ਸੀ ਬਾਜ਼ਾਰ 'ਚ, ਰੁੜ ਜਾਣੇ ਨੇ ਤਾਂ ਬਸ। ਸਰਕਾਰੀ ਨੌਕਰੀ ਆ ਜੀ ਨਵੀਂ ਲੈ ਲਓ। ਸਰ ਗੱਲਾਂ ਕਾਹਦੀਆਂ ਕਰਦੀਆਂ ਜੀ, ਪੈਸਾ ਤਾਂ ਸਰ ਵਿਆਹ ਖਾਣ ਨੂੰ ਨਹੀਂ ਹੈਗਾ ਜੀ।
ਹੁਣ ਤੁਸੀਂ ਕੀ ਗੱਲ ਕਰਦੇ ਹੋ? ਮੇਰਾ ਬੰਦਾ ਤੁਹਾਨੂੰ ਪਤਾ ਤਾਂ ਹੈ, ਸਿਰੇ ਦਾ ਨਿਕੰਮਾ, ਬਸ ਇਕੱਲੇ ਘਰ ਦੇ ਕੰਮ ਉਹ ਵੀ ਹੁਣ ਮੈਂ ਲਾਇਆ ਕਰਨ। ਸਹੁਰਾ ਸਾਰਾ ਦਿਨ ਤਾਂ ਛਾਲਿਆਂ ਕੋਲੇ, ਦੇ ਪੱਤੇ ਤੇ ਪੱਤਾ, ਦੇ ਪੱਤੇ ਤੇ ਪੱਤਾ, ਹੋਰ ਕੋਈ ਕੰਮ ਹੀ ਨਹੀਂ ਹੈਗਾ। ਇੱਕ ਮੈਂ ਆ ਵਿਚਾਰੀ ਜਿਹੜੀ ਸਾਰਾ ਦਿਨ ਪਹਿਲਾਂ ਕਿਤਾਬਾਂ ਨਾਲ ਮੱਥਾ ਮਾਰਦੀਆਂ, ਫਿਰ ਜਵਾਕਾਂ ਨਾਲ ਮੱਥਾ ਮਾਰਦੀਆਂ, ਫਿਰ ਪੇਪਰਾਂ ਨਾਲ ਮੱਥਾ ਮਾਰਦੀਆਂ, ਰਹਿੰਦ ਖੁੰਦ ਹੋਰ ਵੀ ਚੀਜ਼ਾਂ ਨਾਲ ਮੱਥਾ ਮਾਰਦੀਆਂ। ਚਲੋ ਸਰ, ਮੈਂ ਤਾਂ ਜਵਾਕਾਂ ਤੋਂ ਖਲਾਉਣੀ ਹੈ ਜੀ ਆਹ। ਇੱਕ ਮਿੰਟ ਮੈਂ ਕਰਦਾ ਇਹਦਾ ਹੱਲ। ਮੈਂ ਮਰ ਜਾ, ਇੱਟ ਲੈ ਕੇ ਆਉਂਦਾ। ਲੈ ਮੈਂ ਖੋਲਦਾ। ਮੇਰੀ ਜਨਾਨੀ ਕਦੀ ਮੈਸ ਨੀ ਮਿਲਦੀ, ਮੈਸ ਨੀ ਮਿਲਦੀ, ਚੀਵੇ ਚੰਗਾੜਾ ਪਾ ਕੇ ਰੱਖਿਆ ਘੰਟਾ। ਮੈਂ ਭਾਗਿਆ ਬਾਲਟੀ ਲੈ ਕੇ, ਬਾਲਟੀ ਧਰ ਕੇ ਦਾਣਾ ਲੈਣ ਗਿਆ, ਮੈਸ ਮਿਲੀ ਖੜੀ, ਬਾਲਟੀ ਭਰੀ ਖੜੀ, ਮਖਾ ਚੱਕ। ਜੇ ਪ੍ਰਿੰਸੀਪਲ ਸਰ ਨੂੰ ਪਤਾ ਲੱਗ ਗਿਆ ਦੋਹਾਂ ਦੀ ਸ਼ਾਮ ਤਾਂ ਜੂਗੀ। ਭੱਜ ਲੋ, ਲੈਕਚਰ ਲਾਈਏ ਇੱਕ ਅੱਧਾ। ਪਰ ਮੈਂ ਹਜੇ ਤੱਕ ਘੰਟੀ ਨੀ ਵਜਾਈ, ਉਹਨਾਂ ਨੂੰ ਕਿਹੜਾ ਪਤਾ ਲੱਗਦਾ ਵੀ ਟਾਈਮ ਹੋ ਗਿਆ ਕਿ ਨਾ। ਪਰ ਤੁਸੀਂ ਪੂਰੇ 5 ਮਿੰਟ ਲੇਟ ਹੋ ਮੈਡਮ ਜੀ। ਦੇਖਾ ਨਾ ਮੋਟੂ ਰਾਮਾ, ਇੰਨਾ ਕਿ ਤਾਂ ਚੱਲਦਾ ਰਹਿੰਦਾ, ਤੈਨੂੰ ਪਤਾ ਘਰੇ 100 ਕੰਮ ਕਾਰ ਕਰਨੇ ਹੁੰਦੇ ਆ ਨਾ। ਮੈਨੂੰ ਫਿਕਰ ਹੈ ਜੀ ਨਾ ਤੁਹਾਡੀ, ਵੀ ਮੈਡਮ ਤੁਹਾਨੂੰ ਪਤੀ ਹੈ ਫਿਰ, ਨਹੀਂ ਤਾਂ ਕਿਵੇਂ ਪੈਣਗੇ ਟੁੱਟ ਟੁੱਟ ਕੇ। ਹਾਂ ਤੂੰ ਦੱਸੀ ਨਾ। ਨਾ 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 ਜੀ, ਮੇਰੇ ਹੁੰਦੇ ਕਰੀ ਮੈਂ ਚੱਲ ਕਲਾਸ ਲਾ ਲਾਂ। ਹਾਂ ਜੀ ਆ ਮੈਂ ਰੱਖ ਦਿੰਦਾ ਜੀ ਤੁਹਾਡਾ। ਦੇਖ ਦੇਖ ਓਏ ਕਿਵੇਂ ਆ ਸੰਸ ਗੱਲਾਂ ਕਰਦਾ, ਬਹਿ ਜੇ ਬੇੜਾ ਦਾ। ਕੋਈ ਨਾ ਪੁੱਤ, ਦੇਖੂੰਗਾ ਤੈਨੂੰ। ਰਗੜ ਕੇ ਰੱਖ ਦੂ, ਭੱਜ ਲੈ, ਬਹੁਤ ਟਾਈਮ ਹੋ ਗਿਆ, ਜਵਾਕਾਂ ਨੂੰ ਵੀ ਪੜ੍ਹਾ ਲੈ ਦੋ ਅੱਖਰ ਜਾ ਕੇ। ਮੇਰੇ ਸਲਕਣੇ ਦਾ ਗਿੱਠ ਮੁੱਠੀ ਜਾ, ਨੌ ਕਰਨੈਲ ਸਿੰਘ ਲਿਖੀ ਹੁੰਦਾ ਹੈ। ਕਿੱਥੇ ਤੂੰ ਕਿੱਥੇ ਉਹ ਕੂੰਜ ਵਰਗੀ ਮੈਡਮ, ਮੇਰਾ ਸਲਾ ਟੇਢਾ ਜਿਹਾ, ਹਰ ਟਾਈਮ ਉਹਦੇ ਮਗਰੇ ਪਿਆ ਰਹਿੰਦਾ। ਹਾਏ ਅੰਗਰੇਜ਼ੀ ਵਾਲੀ ਭੈਣ ਜੀ, ਹਾਏ। ਹੋ ਹੋ ਲੇਟ ਹੋ ਗਈ ਮੈਂ, ਦੇਖ ਲਾ ਸਾਰੇ ਜਵਾਕ ਬੂ ਮੈਂ ਮਰ ਜਾ ਬਾਹਰ ਹੀ ਬੈਠੇ ਆ। ਆ ਦੇਖ ਲਾ ਜਿੰਦੇ ਵੀ ਨਹੀਂ ਖੁੱਲੇ। ਮੋਠੂ ਰਾਮ! ਹਾਂਜੀ ਮੈਡਮ ਜੀ। ਨਾ ਮੇਰੀ ਗੱਲ ਸੁਣ, ਹਾਂਜੀ ਮੈਂ ਨਹੀਂ ਆਈ, ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਜਿੰਦੇ ਲੱਗੇ ਰਹਿਣਗੇ। ਜਿੰਦੇ ਤਾਂ ਖੋਲ ਦਿੰਦਾ ਕਮ ਸੇ ਕਮ, ਜਵਾਕਾਂ ਨੇ ਵੇਖ ਕਿਵੇਂ ਗਾਹ ਪਾਇਆ। ਓਹ ਮੈਡਮ ਜੀ, ਦਰਅਸਲ ਗੱਲ ਇਹ ਹੈ ਜੀ, ਆ ਤਾਂ ਮੈਂ ਟਾਈਮ ਨਾਲ ਹੀ ਜਾਂਦਾ ਜੀ, ਪਰ ਤੁਹਾਡੇ ਬਿਨਾਂ ਸਕੂਲ 'ਚ ਰੌਣਕਾਂ ਨਹੀਂ ਆਉਂਦੇ ਨੇ, ਖਾਲੀ ਕਮਰੇ ਵੱਢ ਖਾਣ ਨੂੰ ਆਉਂਦੇ ਨੇ ਜੀ। ਕੋਈ ਗੱਲ ਨਹੀਂ ਜੀ, ਤੁਸੀਂ ਆ ਕੇ ਮੈਂ ਹੁਣ ਖੋਲ ਦਿੰਦਾ ਜੀ, 2 ਮਿੰਟਾਂ 'ਚ। ਇੱਕ ਮਿੰਟ ਕੀ ਕਿਹਾ ਸੀ? ਹਾਂਜੀ ਮੇਰੇ ਬਿਨਾਂ ਰੌਣਕ ਨਹੀਂ ਆਉਂਦੀ? ਹਾਂਜੀ ਤੂੰ ਫਿਰ ਇਕੱਲਿਆ ਜਵਾਕ ਜੇ ਦੀ ਗਏ ਜੀ, ਮੈਂ ਕਿਹਾ ਚਲੋ ਮੈਡਮ ਨੂੰ ਆ ਜਾਂਦੇ, ਫਿਰ ਹੀ ਸ਼ੁਰੂਆਤ ਹੁੰਦੀ ਹੈ ਨਾ ਜੀ, ਇਹ ਵੀ ਆਪਣਾ ਕੰਮ ਹੈ ਜੀ ਇੱਕ ਤਰ੍ਹਾਂ ਦਾ। ਚੰਗਾ ਤੂੰ ਜਾ ਕੇ ਚਾਬੀ ਲੈ ਕੇ ਆ, ਮੈਂ ਹੁਣੇ ਲੈ ਕੇ ਤੈਨੂੰ ਪਤਾ ਲੱਗ ਗਿਆ ਨਾ, ਦੇਖ ਲੈ ਨਾਲ ਤੇਰੀ ਰੇਲ ਬਣ ਜੂ। ਕੋਈ ਨਹੀਂ ਜੀ, ਮੈਂ ਹੁਣੇ ਲੈ ਕੇ ਆ ਜੀ।
ਮੈਨੂੰ ਐਂ ਲੱਗਦਾ ਇੱਕ ਤਾਂ ਨਹੀਂ ਇੱਥੇ ਸਾਰਿਆਂ ਦਾ ਦਿਮਾਗ ਖਰਾਬ ਹੋਇਆ ਵਾ। ਜਵਾਕੋ ਚਲੋ ਖੜੇ ਹੋਵੋ, ਆਪਦੀ ਆਪਣੀ ਕਲਾਸ 'ਚ ਜਾਓ। ਚਲੋ ਤੁਸੀਂ ਵੀ ਖੜੇ ਹੋ, ਚਲੋ ਜਾਓ ਕਲਾਸ 'ਚ। ਇੱਕ ਤਾਂ ਨੇਰੀ ਜੀ ਨੇ ਪਤਾ ਨਹੀਂ ਸੱਤਿਆਨਾਸ ਹੀ ਕਰਤਾ ਸਾਰਾ, ਸਾਰੀ ਬਖੇੜਾ ਪਾਤਾ। ਆ ਜੋੜ ਜਾ ਢਿੱਲਾ, ਇਹਨੂੰ ਕੱਸ ਕੇ ਦੇਖਦਾ। ਸਾਨੂੰ ਲਾਵਾਂ ਫੋਨ। ਹਾਂ ਸਰ, ਦੇਖਿਓ ਮਾੜਾ ਜਿਹਾ ਹਲਦੀ ਹੈ ਜੀ। ਹਾਂ ਬੱਲਬ ਲਾ ਕੇ ਰੱਖੋ ਜੀ, ਬਸ ਇੱਥੇ ਪਤਾ ਲੱਗੂ। ਆਹ ਜੋੜ ਢਿੱਲਾ ਜੀ, ਆਹੀ ਇਹ ਲਾ ਹੁਣ ਦੇਖੋ ਜੀ। ਹਾਂ ਹਾਂ, ਐਂ ਕਰੋ ਜੀ, ਅੱਠਵੀਂ ਵਾਲੇ ਕਮਰੇ 'ਚ ਵੀ ਦੇਖ ਲਓ ਮਾੜਾ ਜਿਹਾ। ਛੇਵੀਂ ਵਾਲੇ 'ਚ ਆ ਗਿਆ ਜੀ। ਓਹੋ ਸਰ, ਸਾਰੀ ਸਪਲਾਈ ਤਾਂ ਉਰੂ ਜਾਂਦੀ ਹੈ ਜੀ, ਮਤਲਬ ਤਾਰਾਂ ਕਹੀ ਜਾਂਦੀਆਂ ਨੇ ਜੀ। ਮਸਾਂ ਦੇਖੋ ਵੀ ਤਾਂ ਸਾਰੀ ਨਾ ਖੜਗੀ ਹੋਵੇ। ਓਹੋ ਸਰ, ਚੱਲ ਤੁਸੀਂ ਤਾਂ ਕੀ ਕਰੋ ਜੀ, ਜਾ ਕੇ ਹੋਰ ਨੂੰ ਭੇਜ ਦਿਓ ਜੀ, ਕੋਈ ਹੋਰ ਹੋਊਗਾ। ਅੱਛਾ ਅੱਛਾ, ਖੜ ਗਈ ਜੀ। ਠੀਕ ਹੈ ਜੀ, ਠੀਕ ਹੈ, ਲੱਭ ਗਿਆ ਮੈਨੂੰ ਨੁਕਸ, ਅੱਜ ਉਹ ਟਾਇਟ ਕਰ ਦੇਣਾ ਜੀ। ਠੀਕ ਹੈ, ਲੈ ਮੋਠੂ ਰਾਮਾ, ਜੇ ਕਿਤੇ ਮੈਂ ਨਾ ਹੋਵਾਂ ਨਾ ਸਕੂਲ 'ਚ, ਸਕੂਲ ਤਾਂ ਹੱਥ ਨੂੰ ਫੇਲ ਹੋ ਜੇ, ਸਾਰੇ ਕੰਮ ਮੇਰੇ 'ਤੇ ਸ਼ੁਰੂ ਹੁੰਦੇ ਨੇ। ਆਹਾ, ਬਿਜਲੀ ਵਾਲੇ ਦਾ ਕੰਮ ਵੀ ਮੈਂ ਹੀ ਲਓ, ਝਾੜੂ ਵੀ ਮੈਂ ਲਾਵਾਂ, ਚਾਹ ਵੀ ਮੈਂ ਬਣਾਵਾਂ, ਬਸ ਮਾੜੀ ਮੋਟੀ ਉਹ ਕਮੀ ਆ, ਨਹੀਂ ਤਾਂ ਸਕੂਲ ਮੇਰੇ ਸਾਰੀ ਚੱਲਦਾ। ਵੱਡਾ ਅਫਸਰ ਕਿਉਂ ਨਾ ਹੁੰਦਾ ਇਹ, ਜਿਹੜਾ ਪ੍ਰਿੰਸੀਪਲ ਵਾਲਾ, ਉਹ ਤਾਂ ਮੈਨੂੰ ਮਿਲਣਾ ਚਾਹੀਦਾ ਜੀ, ਜਿਹੜੇ ਹਿਸਾਬ ਨਾਲ ਕੰਮ ਹੈ। ਲੈ ਮਣਾ, ਲਾਈਟ ਤਾਂ ਚੱਲ ਪਈ, ਹੁਣ ਥੱਲੇ ਦੇਖਾਂ ਕਿਹੜਾ ਇੱਕ ਅੱਧਾ ਕੰਮ ਹੈ। ਮੋਠੂ ਸਿਆਂ, ਆਪਾਂ ਤਾਂ ਕੰਮੇ ਕਰਨਾ, ਕਿਹੜਾ ਮੋਠ ਦਲਨੇ ਨੇ। ਚੱਲ ਇਹ ਤਾਂ ਹੋ ਗਿਆ। ਆਏ ਹਾਏ, ਉਹ ਜਗਿਆ ਨਿਬੜ ਗਏ ਤੇਰੇ ਕੰਮ, ਭਾਂਡੇ ਮਾਂਜਤੇ, ਗੋਹਾ ਸਿੱਟਿਆ ਆ, ਡੰਗਰਾਂ ਨੂੰ ਸੰਨੀ ਕਰਤੀ। ਲੈ ਮੇਰਾ ਪੁੱਤ ਬਣ ਕੇ ਐਂ ਕਰ, ਘੁੱਟ ਚਾਹ ਦੀ ਕਰ ਲਿਆ। ਉਹ ਪਾਪੇ, ਮੈਂ ਨਾ ਇਹੋ ਜਿਹੀ ਕਸੂਤੀ ਗਾਲ ਕੱਢਣ ਲੱਗਿਆ ਸੀ, ਮੈਂ ਫਿਰ ਇਹ ਸੋਚ ਕੇ ਚੁੱਪ ਕਰ ਗਿਆ, ਮਹਾਂ ਕਾਹਨੂੰ ਭੂਆ ਨੂੰ ਹਿਚਕੀਆਂ ਲਾਉਣੀਆਂ ਨੇ, ਨਹੀਂ ਤਾਂ ਮੈਨੂੰ ਤੇਰੇ 'ਤੇ ਘਚੀਚੀ ਚੜ੍ਹਨ ਲੱਗ ਰਹੀ ਆ। ਉਹ ਹੁਣ ਤਾਂ ਮੈਂ ਇੰਨਾ ਕੰਮ ਕਰਕੇ ਤਰਸ ਕਰ ਲਾ। ਉਹ ਕਰਨੀ ਹੈ ਜੇ ਵੀ ਮਹਾਂ ਮੂਰਖ ਬੰਦਾ ਤੂੰ ਤਾਂ ਯਾਰਾ, ਠੀਕ ਆ, ਜਦੋਂ ਤਾਂ ਇੰਨੇ ਕੰਮ ਕਰ ਲਏ, ਤੂੰ ਘੁੱਟ ਚਾਹ ਵੀ ਨਹੀਂ ਕਰ ਸਕਦਾ ਯਾਰਾ। ਤੂੰ ਐਂ ਵੀ ਸੋਚ ਸਕਦਾ ਵੀ ਇੰਨੇ ਕੰਮ ਮੈਂ ਕਰ ਲਏ, ਤੇਰੇ ਕਿਹੜਾ ਪਟਮਿਲੀ ਪੈ ਰਹੀ ਆ, ਤੂੰ ਕਰ ਲਾ। ਹਾਏ ਨੀ ਨੀ ਕਰਨੈਲ ਕੋਲੇ ਨੀ ਦੇਖ ਲਾ, ਨੀ ਨੀ ਸਵਰਗਾਂ 'ਚੋਂ ਦੇਖਦੀਆਂ ਤੂੰ ਮੈਨੂੰ। ਮੈਂ ਤੈਨੂੰ ਕਿਹਾ ਸੀ ਨੀ ਕੁੜੀ ਜੰਮ ਲਾ ਕੁੜੀ, ਆ ਜੰਮ ਲਿਆ ਮੇਰਾ ਸਾਂਢ ਕੱਠੂ। ਉਹ ਕਿਉਂ ਪਾਪੇ, ਸਾਰਾ ਦਿਨ ਕੁੱਤੇ ਲਈ ਭਗਾਈ ਮਾਰਦਾ ਫਿਰਦਾ, ਕੀ ਪਤਾ ਵਿਚਾਰੀ ਸਵਰਗਾਂ 'ਚ ਹੈ ਕਿ ਤੇਰੇ ਕਰੇ ਹੋਏ ਪਾਪ ਉਹਦੇ ਲੇਖੇ ਲੱਗੇ ਹੋਣੇ, ਵੀ ਉਹ ਨਰਕਾਂ 'ਚ ਹੋਵੇ। ਓਏ ਸਵਰਗਾਂ 'ਚ ਹੈ, ਮੇਰੀ ਗੱਲ ਸੁਣ ਲੈ, ਆਹ ਤੇਰੇ ਵਾਂਗੂ ਨਹੀਂ ਸੀ ਮੈਂ ਵੀ ਆਹ ਕਰ ਲੈ ਕਦੇ ਉਹ ਕਰ ਲੈ, ਆਹ ਤੱਕਲੇ ਵਾਂਗੂ ਸਿੱਧੀ ਕਰਕੇ ਰੱਖਦਾ ਸੀ ਸਿੱਧੀ। ਨਾਲੇ ਮੇਰੀ ਗੱਲ ਸੁਣ ਲਾ ਵੀ ਜੱਗਿਆ, ਜੇ ਮੇਰਾ ਸਾਲਿਆ ਦੋ ਅੱਖਰ ਪੜ੍ਹ ਲੈਂਦਾ ਕਾਹਨੂੰ ਐਂ ਧੱਕੇ ਖਾਧਾ ਤੂੰ। ਤੂੰ ਬਾਪੇ ਪੜ੍ਹ ਲਿਆ ਜੀ? ਹਾਂ, 10 ਪੜ੍ਹਿਆ ਹੋਇਆ। 10 ਪੜ੍ਹਿਆ ਹੋਇਆ ਨਾ? ਹਾਂ ਹਾਂ। ਫਿਰ ਤੂੰ ਕਿਹੜਾ ਕਲਰਕ ਲੱਗ ਗਿਆ, ਉਹ ਆਇਆ ਫਿਰਦਾ ਧੱਕੇ ਖਾਂਦਾ। ਕਲਰਕ ਨਹੀਂ, ਮੈਨੂੰ ਤਾਂ ਰੇਲਵੇ 'ਚ ਰੱਖਦੇ ਤੀ, ਆਹ ਜਿਹੜੀ ਬਿਨਾਂ ਡਰਾਈਵਰ ਤੋਂ ਗੱਡੀ ਨਹੀਂ ਗਈ।
ਉਹ ਤੇ ਮੈਂ ਡਰਾਈਵਰ ਲੱਗਣਾ ਸੀ। ਦੇਖ ਲਾ ਸਾਰੀ ਇੰਡੀਆ ਚ ਗੇੜਾ ਕੱਢ ਕੇ ਵਾਪਸ ਮੁੜਿਆ ਈ, ਹੁਣ ਤਾਂ ਮੇਰੀ ਪੈਨਸ਼ਨ ਵੀ ਲੱਗੀ ਹੁੰਦੀ। ਉਹ ਬਸ ਕਰ, ਰਹਿਣ ਦੇ ਕਿਉਂ ਮੇਰਾ ਮੂੰਹ ਖਲਾਵੇਂਗਾ? ਇਹ ਜੀਆਂ ਬੜਈਆਂ ਨਾ ਮਾਰਿਆ ਕਰ ਪੰਡੇ ਦਾ, ਤੈਨੂੰ ਕੋਈ ਕੁੱਤਾ ਨਹੀਂ ਪੁੱਛਦਾ, ਲੱਗਣਾ ਹੀ ਤੈਨੂੰ ਡਰਾਈਵਰ ਗੱਡੀ ਦੇ। ਓਏ ਰਹਿਣ ਦੇ, ਓਏ ਮੂਰਖਾ, ਮੇਰੀ ਗੱਲ ਸੁਣ ਲੈ ਧਿਆਨ ਨਾਲ ਤੂੰ। ਹੈਂ, ਦੇਖ ਲੈ ਕਿਵੇਂ ਗੁਲਾਮ ਬਣਿਆ ਫਿਰਦਾ ਓਏ, ਉਹਦੇ ਕਹੇ ਤੋਂ ਕਦੇ ਭਾਂਡੇ ਮਾਂਜਦਾ, ਉਹਦੇ ਕਹੇ ਤੋਂ ਤੂੰ ਮੇਰਾ ਸਾਰਾ ਪੋਚੇ ਲਾਉਣਾ। ਹੈਂ, ਉਹ ਤਹੀ ਮੇਰੇ ਚੰਡੇਲ ਮੱਥੇ ਲਾਈਆ, ਕਹਿੰਦਾ ਪੜ੍ਹੀ ਲਿਖੀ ਆ, ਪੜ੍ਹੀ ਲਿਖੀ ਆ। ਮੈਂ ਕੀ ਚਟਣੀ ਦੀ ਅਹੀ ਜੀ ਦਾ, ਪਰ ਰਾਂਦ ਕੱਟ ਦੇ ਕਿਸੇ ਹੋਰ ਦੇ ਲੜ ਲਾ ਦੇ, ਮੈਂ ਤਾਂ ਯੂਪੀ ਚੋ ਲਿਆਉਂ, ਵਧੀਆ ਮਿਲ ਜੂ 30-35। ਐਂ ਰਾਧੇ ਤੇਰੇ ਕਹੇ ਤੋਂ, ਹੈਂ ਪੜ੍ਹੀ ਲਿਖੀ ਆ ਹੋ, ਦੇਖੀ ਜਦੋਂ ਪੈਨਸ਼ਨ ਲਿਆ ਕੇ ਘਰੇ ਸਿੱਟਿਆ ਕਰੂ ਨਾ। ਹੈਂ, ਤੂੰ ਤਾਂ ਖੁਸ਼ ਹੋ ਜਾ, ਕੰਮ ਕਰਨ ਦੀ ਲੋੜ। ਉਹ ਦੇਖ, ਕੰਮ ਤਾਂ ਹਰੇਕ ਨੂੰ ਕਰਨਾ ਪੈਂਦਾ, ਘਰ ਦੇ ਕੰਮ ਤਾਂ ਕਰਨੇ ਪੈਂਦੇ। ਐਂ ਤਾਂ ਥੋੜ੍ਹਾ ਮੋਟਾ ਮੈਂ ਵੀ ਕਰ ਹੀ ਲੈਂਦਾ ਸੀਗਾ ਜਦੋਂ ਤੇਰੀ ਮਾਂ ਕਹਿੰਦੀ ਸੀ। ਉਹ ਬਸ ਕਰ ਭਾਪੇ, ਬਸ ਕਰ, ਤੂੰ ਨਾ ਪੂਰਾ ਨਿਰਾ ਝੂਠਾ ਨਹੀਂ ਪਾਂਡਾ। ਤੂੰ ਪਹਿਲਾਂ ਕਹਿੰਦਾ ਮੈਨੂੰ, ਕਹਿੰਦਾ ਡਰਾਈਵਰ ਰੱਖ ਦੇ ਤੇ, ਕਹਿੰਦਾ ਗੱਡੀ ਤੇ। ਹਾਂ, ਉਹ ਤੈਨੂੰ ਸਾਈਕਲ ਦਾ ਤੈਨੂੰ ਚਲਾਉਣਾ ਨਹੀਂ ਆਉਂਦਾ, ਗੱਡੀ ਦੇ ਤੈਨੂੰ ਕਿੱਥੇ ਡਰਾਈਵਰ ਰੱਖ ਦੇ? ਤੇਰੇ ਯਾਦ ਆ ਉਹਨਾਂ ਦੀ, ਕਿਹਨੇ ਆਪਣੇ ਪਿੰਡ ਵਾਲੇ ਗਰਦੈਲੇ ਕੀ, ਉਹ ਤੈਨੇ ਸਾਈਕਲ ਮਾਰਿਆ ਸੀ ਬੱਕਰੀ 'ਚ, ਉਹਨਾਂ ਦੀ ਬੱਕਰੀ ਮਾਰਤੀ ਤੀ। ਹੈਂ, 4500 ਰੁਪਈਆ ਦੇ ਕੇ ਪਿੰਡ ਛੜਾਇਆ ਸੀ ਮੇਵਨੇ ਦਾ। ਉਦੋਂ ਤਾਂ ਮੈਂ ਫਿਰ ਕੈਂਚੀ ਸਿੱਖਦਾ ਸੀ, ਕੈਂਚੀ ਸਿੱਖਦਾ, ਇੱਕ ਪਾਸੇ ਬੋਝ ਆ ਗਿਆ ਬੱਕਰੀ ਤੇ, ਮੈਂ ਡਿੱਗ ਗਿਆ ਨਾਲੇ ਸਾਈਕਲ ਡਿੱਗ ਗਿਆ ਬੱਕਰੀ। ਬਾਪੇ, ਮੈਂ ਮੇਰੀ ਬੀਬੀ ਦੇ ਗੋਦੀ ਦੀ, ਹੈਂ ਐਡਾ ਹੋ ਰਿਹਾ ਸੀ। ਹਾਂ, ਤੂੰ ਐਡਾ ਬੋਤੇ ਜਿੱਡਾ ਹੋ ਰਿਹਾ ਸੀ, ਜਵਾਕ ਜੱਲੇ ਤੇਰੇ ਹੋ ਰਹੇ ਤੇ ਹਜੇ ਤੂੰ ਕੈਂਚੀ ਤੇ ਸਾਈਕਲ ਸਿੱਖਦਾ ਸੀ, ਸ਼ਰਮ ਤਾਂ ਨਹੀਂ ਆਈ ਤੈਨੂੰ? ਤੂੰ ਮੇਰੀ ਗੱਲ ਸੁਣ ਲਾ ਵੇ, ਹੁਣ ਤੂੰ ਚਾਹ ਕਰਕੇ ਦੇਣੀਆਂ ਕੁੱਟਕਣਾ ਮੈਨੂੰ? ਮੈਂ ਤਾਂ ਕਰਦਾ ਨਹੀਂ, ਮੇਰੇ ਦਾ ਕੋਰਾ ਜਵਾਬ ਆ ਜਾ, ਕਰ ਲੈ ਜਿਹੜਾ ਦਰਾਲਾ ਬੰਦ ਹੁੰਦਾ। ਅੱਛਾ, ਕਰਦਾ ਨਹੀਂ ਤੂੰ? ਨਹੀਂ ਕਰਦਾ, ਨਹੀਂ ਅਣਖੀ ਆ ਮੈਂ ਵੀ ਪੂਰਾ ਅਣਖੀ ਆ। ਹਾਂ ਪੂਰਾ। ਲੈ ਮੇਰੀ ਗੱਲ ਸੁਣ ਲਾ ਓਏ, ਤੂੰ ਚਾਹ ਕਰਦਾ ਨਹੀਂ ਨਾ? ਹਾਂ ਨਹੀਂ ਕਰਦਾ। ਆਉਣ ਦੇ ਤੇਰੀ ਮੈਡਮ ਨੂੰ ਦੱਸੂਗੀ ਮੈਨੂੰ ਚਾਹ ਨਹੀਂ ਕਰਕੇ ਦਿੱਤੀ। ਪਾਪੇ ਸ਼ਰਮ ਕਰ ਲਾ, ਉਹ ਸ਼ਰਮ ਕਰ ਲਾ, ਇੱਕ ਤੂੰ ਹੀ ਰਹਿੰਦੀ, ਤੂੰ ਵੀ ਮੇਰਾ ਬਲਾਤਕਾਰ ਕਰਕੇ ਛੱਡੇਗਾ। ਓਏ ਮੂਰਖਾ, ਬਲਾਤਕਾਰ ਨਹੀਂ ਹੁੰਦਾ ਓਏ, ਜੇ 2-4 ਕਲਾਸਾਂ ਪੜ੍ਹਿਆ ਹੁੰਦਾ ਤੈਨੂੰ ਪਤਾ ਲੱਗੇ, ਅੱਤਿਆਚਾਰ ਹੁੰਦਾ ਅੱਤਿਆਚਾਰ। ਜਾ ਲਿਆ ਜਾ ਕਰਕੇ। ਉਹ ਲਿਆ ਦੇਣਾ ਪਾਪੇ, ਉਹ ਕੰਮ ਹੋ ਗਈ, ਬਿਨਾਂ ਕੁੜੀ ਤੋਂ ਪ੍ਰਾਹੁਣਾ ਬਣ ਬਹਿ ਗਿਆ, ਦੁੱਖ ਟੁੱਟੀ ਯਾਰੀ ਦਾ, ਉਹ ਕੰਮ ਹੋ ਗਿਆ ਮੇਰੇ ਨਾਲ ਤਾਂ। ਹਾਂ, ਉਦੋਂ ਤੱਕ ਨਾ ਭਾਪੇ ਮੇਰਾ ਵਿਆਹ ਕਰਾ ਦੇ, ਵਿਆਹ ਕਰਾ ਦੇ, ਕੁੜੀ ਵੀ ਸੋਹਣੀ ਹੋਵੇ, ਕੁੜੀ ਵੀ ਸੋਹਣੀ ਸੁਨੱਖੀ ਆ, ਪੜ੍ਹੀ ਲਿਖੀ ਆ, ਮੇਰਾ ਸਾਰਾ ਕੰਮ ਨੂੰ ਹੁਣ ਤੇਰੇ ਗੋਲੀ ਵੱਜਦੀ ਆ। ਹਾਂਜੀ ਮੈਡਮ, ਮੈਨੂੰ ਦੱਸਿਆ ਸੀ ਜੀ ਸਰ ਨੇ, ਕਹਿੰਦੇ ਬਹੁਤ ਬਿਮਾਰ ਹੋਏ ਪਏ ਨੇ, ਤਾਂ ਹੀ ਫੋਨ ਕੀਤਾ ਜੀ ਮੈਂ, ਮੈਨੂੰ ਤਾਂ ਟੈਨਸ਼ਨ ਹੋ ਗਈ ਸੀ ਬਾਹਲੀ। ਮੈਡਮ ਜੀ, ਮੈਡਮ ਠੀਕ ਹੈ ਮੈਡਮ, ਮੈਂ ਤੁਹਾਨੂੰ ਫਿਰ ਕਰਦੀ ਹਾਂ ਨਾ, ਕਲਾਸ ਲੈ ਲਾਂ ਮੈਂ। ਠੀਕ ਹੈ, ਹੈਲੋ ਮੈਡਮ, ਤੁਹਾਡੀ ਬੁੱਕ ਸੀ? ਹਾਂ ਹਾਂ, ਲਿਆਓ। ਅੱਛਾ ਮੈਡਮ, ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂ ਹਾਂ ਦੱਸ। ਹਾਂਜੀ, ਤੁਸੀਂ ਗੁੱਸਾ ਤਾਂ ਨਹੀਂ ਕਰਦੀ ਜੀ? ਛੇਤੀ ਬੋਲ, ਮੈਂ ਤਾਂ ਪਹਿਲੇ ਹੀ ਕਲਾਸ ਨੂੰ ਲੇਟ ਆ। ਤੁਸੀਂ ਅੱਜ ਬਾਲੇ ਸੋਹਣੇ ਲੱਗ ਰਹੇ ਹੋ ਸੂਟ ਦੇ ਵਿੱਚ। ਤੂੰ ਰਹਿਣ ਦਿਆ ਕਰ ਮੋਠੂ ਰਾਮ, ਨਾ ਤੂੰ ਪੜੇਥਣ ਜਾ ਲਾਈ ਹੈ ਨਾ, ਗੱਲ ਲੱਗਦੀ ਕੋਈ? ਨਹੀਂ ਨਹੀਂ, ਗੱਲ ਤਾਂ ਕੋਈ ਨਹੀਂ ਜੀ, ਉਹ ਤਾਂ ਮੁੱਕ ਗਈ ਸੀ ਸਵਿੱਚ, ਸਾਰਾ ਕੁਝ ਠੀਕ ਹੈ ਜੀ। ਮੈਡਮ ਜੀ, ਗੱਲ ਐ ਜੀ, ਦੇਖੋ ਮੈਨੂੰ ਸਕੂਲ ਵਾਲੀ ਦੂਰ ਪੈ ਜਾਂਦਾ ਨਾ ਜੀ, ਠੀਕ ਹੈ, ਤੁਹਾਡੇ ਨਾਲ ਮੈਂ ਕਮਰੇ ਦੀ ਗੱਲ ਕਰੀ ਸੀ, ਪਹਿਲਾਂ ਵੀ ਤੁਹਾਨੂੰ ਕਿਹਾ ਸੀ ਇੱਕ ਦੋ ਵਾਰੀ। ਉਹ ਹਾਂ, ਮੈਂ ਨਾ ਉਹ ਘਰੇ ਤਾਂ ਪੁੱਛਿਆ ਨਹੀਂ, ਸਾਡੇ ਇੱਕ ਕਮਰਾ ਪਿਆ ਤਾਂ ਹੈਗਾ। ਅੱਛਾ ਜੀ, ਚਲ ਕੋਈ ਨਾ, ਅੱਜ ਆ ਕੇ ਗੱਲ ਕਰ ਲੈਂਦੇ। ਤੂੰ ਬੇਫਿਕਰ ਹੋ ਕੇ ਨਾ ਆ ਜੀ ਘਰੇ। ਠੀਕ ਹੈ ਜੀ, ਕੋਈ ਨਾ, ਆਪਾਂ ਆਪੇ ਸਾਂਭ ਲਾਂਗੇ। ਠੀਕ ਮੈਡਮ, ਚਾਹ ਲੈ ਆਵਾਂ ਥੋੜੀ ਜਿਹੀ? ਨਾ ਨਾ ਨਾ, ਕੁਛ ਨਹੀਂ ਲੈਣਾ, ਮੈਂ ਤਾਂ ਕਲਾਸ ਲੈ ਲਾਂ, ਜਵਾਕਾਂ ਦੀ ਪਹਿਲਾਂ ਹੀ ਲੇਟ ਹੈ। ਠੀਕ ਮੈਡਮ, ਸੋਹਣੇ ਤੁਸੀਂ ਬਹੁਤ ਲੱਗਦੇ ਅੱਜ। ਅੰਦਰ ਨਹੀਂ ਕੋਈ ਦੇਖਦਾ ਹੈਗਾ, ਗਏ ਕਿੱਥੇ ਨੇ? ਆ ਵੀ ਬੰਦ ਜੇ ਆਈ ਤਾਂ ਹੈਗੀ ਆ ਕੁੜੀ ਸਕੂਲ 'ਚ ਤੜਕੇ ਤਿਆਰ ਹੋ ਕੇ।
ਹਾਂ ਕਿੱਧਰ ਮੂੰਹ ਚੁੱਕਿਆ ਕੀ ਕਰਦਾ ਸੀਗਾ? ਉਹ ਮੈਂ ਦੇਖਦਾ ਸੀ ਉਹ ਕੀ ਦੇਖਦਾ ਸੀ? ਉਹ ਸ਼ਕਲੋ ਤਾਂ ਮੈਨੂੰ ਚੋਰ ਲੱਗਦਾ ਓਏ। ਉਹ ਚੋਰੀ ਚੂਰੀ ਤਾਂ ਨਹੀਂ ਕਰ ਲਿਆ ਕੁੱਤਾ? ਚੋਰ ਚੂਰ ਨਹੀਂ ਹੈਗਾ, ਨਾਲ ਤੂੰ ਕੌਣ ਮੈਨੂੰ ਰੋਕਣ ਵਾਲਾ ਓਏ? ਲੈ ਕਹਿੰਦਾ ਤੂੰ ਕੌਣ ਓਏ? ਤੂੰ ਮੈਨੂੰ ਨਹੀਂ ਆਂਦਾ? ਨਾ। ਉਹ ਮਾਲਕ ਹੈ ਸਕੂਲ ਦਾ ਮਾਲਕ? ਹਾਂ ਸਕੂਲ ਦਾ। ਆਹੋ। ਅੱਛਾ ਅੱਛਾ, ਆਹ ਸਕੂਲ ਦਾ ਮਾਲਕ ਆ? ਆਹੋ। ਮਾਲਕ ਤੇਰਾ ਉਹਦਾ ਕੀ ਹੋਵੇ ਫਿਰ? ਪ੍ਰਿੰਸੀਪਲ ਨੂੰ ਜਾਣਦਾ? ਅੱਛਾ ਪ੍ਰਿੰਸੀਪਲ ਆ, ਸਤਿ ਸ਼੍ਰੀ ਅਕਾਲ ਜੀ। ਉਹ ਪ੍ਰਿੰਸੀਪਲ ਤੋਂ ਉੱਤੋਂ ਨਹੀਂ ਆ ਮੈਂ। ਤੂੰ ਦੀ ਫਿਰ ਤੇਰਾ ਉਹਦਾ ਕੀ ਆ? ਉਹ ਪੀਅਨ ਆ ਯਾਰ। ਅੱਛਾ ਅੱਛਾ, ਪਤਾ ਵੀ ਪੀਅਨ ਕੀ ਹੁੰਦਾ ਅਨਪੜ੍ਹ? ਨਹੀਂ, ਮਾਲਕ ਦਾ ਸਕੂਲ ਦਾ ਪ੍ਰਿੰਸੀਪਲ ਹੁੰਦਾ ਫਿਰ। ਮੈਂ ਉਦੋਂ ਵੀ ਉੱਤੋਂ ਦੀ ਆ, ਸਾਰੀ ਜ਼ਿੰਮੇਵਾਰੀ ਆਪਣੀ ਆ। ਆਪਣੇ ਬਿਨਾ ਪੱਤਾ ਫਰਕ ਨਹੀਂ ਸਕਦਾ, ਚਿੜੀ ਚੂ ਨਹੀਂ ਕਰ ਸਕਦੀ, ਸਮਝ ਗਿਆ? ਸਾਰੀ ਰਿਸਪੋਂਸਿਬਿਲਟੀ ਬਣਦੀ ਆ। ਠੀਕ ਹੈ, ਸਮਝ ਗਿਆ ਹੋਵੇਗਾ ਤੂੰ? ਹਾਂ ਹਾਂ, ਜ਼ਿੰਮੇਵਾਰੀ ਸਾਰੀ ਆਪਣੀ ਆ। ਠੀਕ ਹੈ ਠੀਕ। ਪੀਅਨ ਆ ਮੈਂ ਚਪੜਾਸੀ। ਅੱਛਾ ਅੱਛਾ, ਇਹ ਸਕੂਲ ਦਾ? ਆਲਾ ਹੁਣੇ 2 ਮਿੰਟ ਪਹਿਲਾਂ ਲਾਈਟ ਨਹੀਂ ਆ ਰਹੀ ਸੀ, ਪ੍ਰਿੰਸੀਪਲ ਨੇ ਫੋਨ ਮਾਰਿਆ, ਕਹਿੰਦਾ ਵੀ ਲਾਈਟ ਨਹੀਂ ਆ ਰਹੀ ਹੈਗੀ। ਮੈਂ ਕਿਹਾ ਹੁਣੇ ਮਿਲਾ ਦਨੇ ਆ। ਅੱਛਾ, ਬੜਾ ਪੁਰਾਣਾ ਨਾ ਮੈਂ। ਮੈਂ ਸਿੱਧਾ ਐਕਸ਼ਨ ਨੂੰ ਫੋਨ ਮਾਰਿਆ। ਕਿਹਨੂੰ? ਮੂਨਕ ਐਕਸ਼ਨ ਨੂੰ। ਐਕਸ਼ਨ ਨੂੰ ਹੁਣੇ ਤੁਰੰਤ ਐਕਸ਼ਨ ਲੈ ਲਿਆ। ਕਹਿੰਦਾ ਜੀ ਲੈ ਹੁਣੇ ਕਰਾ ਦਨੇ ਕੰਮ, ਕਿੱਡੀ ਗੱਲ ਹੈ ਵੀ ਮੋਠੂ ਰਾਮ ਜੀ ਤੁਹਾਡਾ ਕੰਮ ਨਾ ਹੋਵੇ। ਉਹਨੇ ਗਰੈਡਾ ਗਰੁੱਡ ਵਾਲੇ ਨੂੰ ਕਰਿਆ ਸਿੱਧਾ, ਆਹ 2 ਮਿੰਟਾਂ 'ਚ ਬਿਜਲੀ ਚਲਦੀ ਕਰਤੀ। ਮੰਨਦਾ ਪ੍ਰਿੰਸੀਪਲ, ਪੁੱਛ ਕੇ ਕਰਦਾ ਆਪਾਂ ਨੂੰ ਸਾਰੇ ਕੰਮ? ਇਹ ਤਾਂ ਗੱਲ ਤੇਰੀ ਠੀਕ ਆ, ਮੈਂ ਤੈਨੂੰ ਆਹੋ ਕਹਿੰਦਾ ਸੀਗਾ, ਮੈਂ ਤਾਂ ਮੈਡਮ ਨੂੰ ਮਿਲਣਾ ਸੀ। ਉਹ ਤੂੰ ਕਿਹੜੀ ਮੈਡਮ ਨੂੰ ਮਿਲਣਾ? ਔਰ ਇੱਕ ਅੱਧੀ ਮੈਡਮ ਆ ਯਾਰ, ਬਹੁਤ ਮੈਡਮਾਂ ਨੇ, ਦੱਸ ਕਿਹੜੀ ਨੂੰ ਮਿਲਣਾ? ਨਹੀਂ ਆਏ ਨਹੀਂ, ਉਹ ਤਾਂ ਨਾ ਉਹ ਕਾਲੀ ਜੀ। ਅੱਛਾ ਕਾਲੀ ਜੀ, ਅੱਛਾ ਉਹ ਹਿੰਦੀ ਵਾਲੀ ਭੈਣ ਜੀ ਨੂੰ ਕਹਿੰਦਾ ਤੂੰ? ਉਹ ਕਾਲੀ ਨਹੀਂ ਰੰਗ ਤੋਂ, ਹਾਂ ਕੁੜੀ ਤਾਂ ਸੋਹਣੀ ਹੈਗੀ। ਅੱਛਾ, ਕਾਲੀ ਸਕੂਟਰੀ ਤੇ ਆਉਂਦੀ ਹੁੰਦੀ ਆ? ਕਾਲੀ ਸਕੂਟਰੀ ਤੇ? ਹਾਂ। ਅੰਗਰੇਜ਼ੀ ਵਾਲੀ ਦੀ ਗੱਲ ਨਾ, ਤੈਨੂੰ ਕੀ ਕੰਮ ਉਹਦੇ ਤੱਕ? ਮੇਰੀ ਨੂੰਹ ਆ ਉਹ। ਹੈ? ਹਾਂ। ਨੂੰਹ? ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ, ਤਾਂ ਠੀਕ ਹੈ, ਪਹਿਲਾਂ ਨਹੀਂ ਦੱਸਿਆ ਜੀ ਤੁਹਾਡੇ? ਸੁਣਨ ਵੀ ਦਿੱਤਾ ਇਹੋ ਜਿਹੇ ਮੂੰਹ ਵਾਲਿਆ? ਨਹੀਂ, ਮੇਰੀ ਜ਼ਿੰਮੇਵਾਰੀ ਵਾਲੀ ਬਣ ਜਾਂਦੀ ਹੈ ਜੀ, ਮੈਂ ਫਿਰ ਮੈਂ ਆਪਦੀ ਡਿਊਟੀ ਤੋਂ ਫਾਰਗ ਨਹੀਂ ਹੁੰਦਾ ਜੀ, ਮੈਂ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾਉਂਦਾ। ਜ਼ਿੰਮੇਵਾਰੀਆਂ ਨੂੰ ਮਾਰ ਗੋਲੀ। ਹਾਂਜੀ, ਮੈਨੂੰ ਮੜ ਜਾ, ਮੈਡਮ ਨੂੰ ਮਿਲਾ। ਮੈਂ ਹੁਣੇ ਮਿਲਾ ਦਿੰਦਾ ਜੀ। ਹਾਂ, ਇੱਧਰ ਆ ਜਾਓ ਜੀ, ਇੱਧਰ ਲਿਆ ਸਿਆ। ਇੱਧਰ ਮੈਂ? ਹਾਂ ਆ ਜਾ। ਤੁਸੀਂ ਸਕੇ ਸਹੁਰੇ ਹੋ ਜੀ ਉਹਨਾਂ ਦੇ? ਉਹ ਸਹੁਰਾ ਉਹਦਾ ਮੈਂ, ਮੇਰੇ ਮੁੰਡੇ ਨੂੰ ਵਿਆਹੀ ਹੋਈ ਆ ਉਹ ਲੜਕੀ। ਅੱਛਾ ਜੀ। ਹਾਂ ਚਲੋ ਜੀ, ਉਹ ਬਹੁਤ ਬਹੁਤ ਚੰਗੇ ਨੇ ਨਾ ਮੈਡਮ ਉਹ? ਹਾਂ ਚੰਗੇ। ਹਾਂ ਇੱਧਰ ਹੀ ਚੱਲੋ ਜੀ, ਤੂੰ ਆ ਜਾ, ਬੜਾ ਬੜਿਆ ਗੱਲਾਂ ਜੀ ਨਾ ਕਰ। ਮੈਂ ਕਿਹਾ ਚਾਹ ਪਾਣੀ ਲਿਆਉਂਦਾ ਜੀ ਤੁਹਾਡੇ ਵਾਸਤੇ? ਮੇਰੇ ਕੋਲ ਟਾਈਮ ਨਹੀਂ ਹੈਗਾ ਨਾਲੇ। ਅੱਛਾ ਜੀ। ਹਾਂ ਚਲੋ ਜੀ। ਹਾਏ ਮੇਰੇ ਵਾਲੀ ਮੈਡਮ ਦਾ ਸਹੁਰਾ। ਆ ਕਿਹਨੂੰ ਲਈ ਫਿਰਦਾ ਗੱਜਰ ਦਾ? ਚੱਲ ਆਪਾਂ ਨੇ ਕੀ ਲਿਆ ਪੁੱਤੋ? ਏ ਮੈਨੂੰ ਐਂ ਦੱਸੋ, ਸੋਨੂੰ ਕੱਲ ਕੀ ਕਿਹਾ ਸੀ ਵੀ ਚੱਕਰ ਆਸਣ ਯਾਦ ਕਰਕੇ ਲਿਓ? ਆਉਂਦਾ ਕਰਨਾ ਸਰ ਜੀ? ਮੇਰੀ ਲੱਤ ਦੁਖਦੀ ਸੀ, ਮੇਰਾ ਮੋਢਾ ਦੁਖਦਾ ਹੈ, ਸਾਡਾ ਢਿੱਡ ਦੁਖਦਾ, ਸਾਡਾ ਢਿੱਡ ਦੁਖਦਾ ਸੀ, ਸਾਡਾ ਹੰਡੀ ਕੰਮ ਦੁਖਦਾ ਸੀ। ਬੜੇ ਸਕੀਮੀ ਹੋ ਪੁੱਤਾ, ਹਨਾ? ਖੜੇ ਹੋ, ਤੁਹਾਡੀਆਂ ਟੂਹੀਆਂ ਮੈਂ ਹਟਾਉਣਾ, ਉੱਥੇ ਮੁਰਗੇ ਬਣ ਜਾਓ, ਆਏ ਨਹੀਂ ਮੂੰਹ ਉੱਧਰ ਪੱਠੇ ਇੱਧਰ ਕਰੋ, ਤੁਹਾਨੂੰ ਮੈਂ ਕਰਾਉਣਾ ਜ਼ਿਆਦਾ ਸਮਾਰ ਕੇ ਪਿੱਠਾ ਉੱਪਰ ਕਰੋ ਜਾ ਦੇ ਮਾਸਟਰ ਜੀ, ਮੁਰਗਾ ਬਣ ਮੁਰਗਾ, ਉੱਥੇ ਛੋਟੇ ਕੰਮ ਦੀ ਗੱਲ ਆਈ, ਕੰਮ ਦੀ ਹੁਣ ਦੱਸ ਦੂ, ਉੱਥੇ ਮੁਰਗਾ ਬਣ ਜਾ। ਗੱਲ ਤਾਂ ਸੁਣ ਲਓ ਜੀ। ਹਾਂ ਬੈਠੋ ਜੀ। ਮੈਨੂੰ ਪਤਾ ਹੈ ਤੁਸੀਂ ਇੰਗਲਿਸ਼ ਵਾਲੀ ਮੈਡਮ ਨਾਲ ਕੀ ਲੁੱਚ ਬਣੇ ਕਰਦੇ ਹੋ। ਕੰਜਰ ਦਾ ਤੈਨੂੰ ਕਿਹਨੇ ਦੱਸਿਆ? ਮੈਨੂੰ ਐਂ ਪਤਾ ਲੱਗ ਗਿਆ ਜੀ। ਖੜ ਜਾ, ਰੌਲਾ ਨਹੀਂ ਪੈ ਗਿਆ। ਉਹ ਜਵਾਕੋ ਖੜੇ ਹੋ, ਖੇਡ ਲਓ, ਜਾ ਕੇ ਜਾ ਭੱਜੋ, ਫੇਰ ਕਰਾਂਗੇ ਆਪਾਂ। ਤੂੰ ਮੈਨੂੰ ਦੱਸ ਕੋਈ ਸਕੀਮ ਪੁੱਤ, ਐਂ ਕਰ ਕੁਰਸੀ ਤੇ ਬਹਿ ਜਾ। ਨਾ ਨਾ ਜੀ, ਬੈਠੋ ਨਾ, ਬੈਠੋ ਬੈਠੋ। ਫਿਰ ਦੱਸ ਕੋਈ ਸਕੀਮ ਯਾਰ, ਕਿਵੇਂ ਸੈੱਟ ਆਊਗਾ ਮਾਂ? ਸਕੀਮ ਜੀ ਮਤਲਬ ਹੈਗੀ ਆ, ਤੁਸੀਂ ਐਂ ਕਰੋ, ਇੰਗਲਿਸ਼ ਵਾਲੀ ਮੈਡਮ ਨੂੰ ਇੰਗਲਿਸ਼ 'ਚ ਲਵ ਲੈਟਰ ਲਿਖ ਕੇ ਭੇਜ ਦਿਓ ਜੀ। ਇੰਗਲਿਸ਼ 'ਚ? ਇੰਗਲਿਸ਼ ਤਾਂ ਆਉਂਦੀ ਨਹੀਂ, ਉਹਨੂੰ ਦੱਸਣਾ ਤਾਂ ਪਊਗਾ ਪੁੱਤ ਓਏ। ਹਾਂਜੀ।
ਇੰਗਲਿਸ਼ ਤਾਂ ਯਾਰ ਮੈਨੂੰ ਆਉਂਦੀ ਨਹੀਂ। ਐਂ ਕਰੋ ਜੀ ਤੁਸੀਂ ਗੂਗਲ ਟ੍ਰਾਂਸਲੇਟਰ ਤੇ ਜਾਓ, ਉੱਥੇ ਸਾਰਾ ਕੁਝ ਆ ਜਾਊਗਾ ਤੁਹਾਨੂੰ ਜੀ। ਅੱਛਾ ਉੱਥੇ ਸਾਰਾ ਕੁਝ ਨਿਕਲ। ਹਾਂਜੀ ਠੀਕ ਆ। ਵਾਹ ਪੁੱਤਰਾ ਇੱਕ ਗੱਲ ਮੇਰੀ ਸੁਣ ਹੁਣ, ਹਾਂਜੀ ਜੇ ਮੇਰੀ ਗੱਲ ਬਣ ਗਈ ਨਾ ਤੈਨੂੰ ਪੰਜਾਬ ਪੱਧਰ ਤੇ ਖੇਡਾਂ ਖੜਾ ਕੇ ਲਿਆਉ, ਸਾਰਾ ਖਰਚਾ ਮੇਰਾ। ਹਾਂਜੀ ਜੇ ਵਿਆਹ ਹੋ ਗਿਆ ਮੇਰਾ ਉਹਦੇ ਨਾਲ ਤੈਨੂੰ ਮੈਂ ਉਹ ਇੰਟਰਨੈਸ਼ਨਲ ਖੇਡਾਂ ਉਹ ਖੜਾ ਕੇ ਲਿਆਉ, ਉਹ ਵੀ ਸਾਰਾ ਖਰਚਾ ਮੇਰਾ। ਜਾ ਪੱਤੂ ਨੂੰ ਖੇਡ ਆ। ਠੀਕ ਹੈ ਪੰਗਾ ਛਿੜ ਗਿਆ ਅੰਗਰੇਜ਼ੀ ਲੈਟਰ ਲਿਖਣਾ ਤੂੰ। ਚੱਲ ਦੇਖਦੇ ਹਾਂ ਕਰਦੇ ਹਾਂ ਹਿੱਲਾ, ਚੱਲ ਭੱਜ ਲੈ ਦੇਖਦਾ। ਮੈਡਮ ਗਈ ਕਿੱਧਰ ਹੈ, ਦਿਸੇ ਨਹੀਂ ਰਹੀ ਅੱਜ।